ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ। ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ। ਭਲਕੇ ਹੋਵੇਗੀ ਦੂਜੇ ਗੇੜ ਦੀਆਂ ਲੋਕ ਸਭਾ ਚੋਣਾਂ ਲਈ ਵੋਟਿੰਗ, ਬੰਦ ਰਹਿਣਗੇ ਸਕੂਲ ਤੇ ਕਾਲਜ, 13 ਸੂਬਿਆਂ ਦੇ 88 ਸੀਟਾਂ ਤੇ ਹੋਵੇਗੀ ਵੋਟਿੰਗ। ਰਾਜਸਥਾਨ ਦੇ ਜੈਸਲਮੇਰ ਚ ਵੱਡਾ ਹਾਦਸਾ, ਭਾਰਤੀ ਹਵਾਈ ਸੈਨਾ ਦਾ ਜਹਾਜ਼ ਹੋਇਆ ਕ੍ਰੈਸ਼, ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਰਿਹਾ ਬਚਾ। ਮੰਡੀ ਗੋਬਿੰਦਗੜ੍ਹ ਚ ਦੋ ਨੌਜਵਾਨਾਂ ਦੇ ਗੁੱਟਾਂ ਚ ਲੜਾਈ ਦੌਰਾਨ ਚੱਲੀ ਗੋਲੀ, ਸੀਸੀਟੀਵੀ ਫੁਟੇਜ ਆਈ ਸਾਹਮਣੇ, ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਹੋਇਆ ਝਗੜਾ। ਇਸ ਵੇਲੇ ਦੀ ਵੱਡੀ ਖਬਰ ਪਟਨਾ ਤੋਂ ਹੈ, ਜਿੱਥੇ ਪਟਨਾ ਜੰਕਸ਼ਨ ਦੇ ਕੋਲ ਸਥਿਤ ਇੱਕ ਹੋਟਲ ਕਮ ਰੈਸਟੋਰੈਂਟ ਵਿੱਚ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਦੀ ਇਸ ਘਟਨਾ ਤੋਂ ਬਾਅਦ ਮੌਕੇ ਤੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਅੱਗ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਤੇ ਪਹੁੰਚ ਗਈਆਂ ਨੇ। ਅੱਗ ਲੱਗਣ ਕਾਰਨ ਰੈਸਟੋਰੈਂਟ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ, ਜਦੋਂ ਕਿ ਹੋਟਲ ਵੀ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਹੈ। ਇਹ ਘਟਨਾ ਕੋਤਵਾਲੀ ਥਾਣਾ ਖੇਤਰ ਦੀ ਹੈ। ਹੋਟਲ ਦੇ ਹੇਠਾਂ ਕਈ ਵਾਹਨ ਵੀ ਅੱਗ ਦੀ ਲਪੇਟ ਵਿੱਚ ਆ ਚੁੱਕੇ ਨੇ, ਜਦੋਂ ਕਿ ਇੱਕ ਔਰਤ ਵੀ ਅੱਗ ਦੀ ਲਪੇਟ ਵਿੱਚ ਆ ਗਈ ਹੈ। ਜਾਣਕਾਰੀ ਮੁਤਾਬਿਕ ਅੱਗ ਦੀ ਇਸ ਘਟਨਾ 'ਚ ਇਮਾਰਤ 'ਚ ਅਜੇ ਵੀ ਕਈ ਲੋਕ ਫਸੇ ਹੋਏ ਨੇ, ਜਿਨ੍ਹਾਂ ਨੂੰ ਇਮਾਰਤ 'ਚੋਂ ਬਾਹਰ ਕੱਢਿਆ ਜਾ ਰਿਹਾ। ਫਾਇਰ ਬ੍ਰਿਗੇਡ ਦੀਆਂ 5 ਵੱਡੀਆਂ ਗੱਡੀਆਂ ਮੌਕੇ 'ਤੇ ਮੌਜੂਦ ਨੇ। ਇਮਾਰਤ ਵਿੱਚ ਫਸੇ ਕੁਝ ਲੋਕਾਂ ਨੂੰ ਬਚਾ ਲਿਆ ਗਿਆ, ਜੋ ਬੇਹੋਸ਼ ਹੋ ਗਏ ਨੇ। ਅਹਤਿਆਤ ਵਜੋਂ ਇਲਾਕੇ ਦੀ ਬਿਜਲੀ ਕੱਟ ਦਿੱਤੀ ਗਈ ਹੈ ਅਤੇ ਆਵਾਜਾਈ ਵੀ ਰੋਕ ਦਿੱਤੀ ਗਈ ਹੈ। ਇਮਾਰਤ ਵਿੱਚ ਫਸੇ 2 ਦਰਜਨ ਦੇ ਕਰੀਬ ਲੋਕਾਂ ਨੂੰ ਕੱਢਣ ਲਈ ਹਾਈਡ੍ਰੋਲਿਕ ਕ੍ਰੇਨ ਦੀ ਮਦਦ ਵੀ ਲਈ ਜਾ ਰਹੀ ਹੈ। ਲੋਕ ਸਭਾ ਚੋਣਾਂ 2024 ਤਹਿਤ ਦੂਜੇ ਗੇੜ ਦੀਆਂ ਵੋਟਾਂ ਭਲਕੇ ਪੈਣਗੀਆਂ। 26 ਅਪ੍ਰੈਲ ਨੂੰ ਦੇਸ਼ ਦੇ 13 ਸੂਬਿਆਂ ਦੀਆਂ 88 ਸੀਟਾਂ ਤੇ ਵੋਟਿੰਗ ਹੋਵੇਗੀ। ਇਸ ਤੋਂ ਪਹਿਲਾਂ 19 ਅਪ੍ਰੈਲ ਨੂੰ 21 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ 102 ਸੀਟਾਂ ਤੇ ਵੋਟਿੰਗ ਹੋਈ ਸੀ। ਚੋਣਾਂ ਕਾਰਨ ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਵਿੱਚ ਸਕੂਲ ਤੇ ਕਾਲਜ ਬੰਦ ਰਹਿਣਗੇ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰਖਾਨਿਆਂ ਤੇ ਉਦਯੋਗਾਂ ਨੂੰ ਵੀ ਨਿਰਦੇਸ਼ ਜਾਰੀ ਦਿੱਤਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਮਜ਼ਦੂਰਾਂ ਨੂੰ ਬਿਨਾਂ ਤਨਖਾਹ ਕੱਟੇ ਛੁੱਟੀ ਦੇਣ, ਤਾਂ ਕਿ ਉਹ ਆਪਣੀ ਵੋਟ ਪਾਉਣ ਜਾ ਸਕਣ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਮੁਤਾਬਿਕ ਅੱਜ ਨੋਇਡਾ ਦੀ ਫੁੱਲ ਮੰਡੀ ਤੋਂ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਜਾਵੇਗਾ ਅਤੇ 26 ਅਪ੍ਰੈਲ ਨੂੰ ਸਵੇਰੇ 7 ਵਜੇ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਰਾਜਸਥਾਨ ਦੇ ਜੈਸਲਮੇਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੱਥੇ ਭਾਰਤੀ ਹਵਾਈ ਸੈਨਾ ਦੇ ਜਹਾਜ਼ ਦੇ ਕ੍ਰੈਸ਼ ਹੋਣ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਤਕਨੀਕੀ ਖਰਾਬੀ ਕਾਰਨ ਵਾਪਰਿਆ। ਫਿਲਹਾਲ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ। ਘਟਨਾ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੇ ਨਾਲ ਨਾਲ ਹਵਾਈ ਸੈਨਾ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਨੇ। ਇਸ ਦੌਰਾਨ ਸਥਾਨਕ ਲੋਕਾਂ ਦੀ ਭੀੜ ਵੀ ਇਕੱਠੀ ਹੋ ਗਈ। ਦੱਸ ਦਈਏ ਕਿ ਹਵਾਈ ਸੈਨਾ ਦਾ ਜਾਸੂਸੀ ਜਹਾਜ਼ ਅਸਮਾਨ ਤੋਂ ਜਾਸੂਸੀ ਗਤੀਵਿਧੀਆਂ ਤੇ ਨਜ਼ਰ ਰੱਖਣ ਦਾ ਕੰਮ ਕਰਦਾ। ਫਿਲਹਾਲ ਫੌਜ ਨੇ ਉਸ ਇਲਾਕੇ ਨੂੰ ਆਪਣੇ ਕਬਜ਼ੇ 'ਚ ਲਿਆ ਜਿੱਥੇ ਘਟਨਾ ਵਾਪਰੀ ਹੈ। ਰਾਹਤ ਦੀ ਗੱਲ ਤਾਂ ਇਹ ਹੈ ਕਿ ਇਸ ਜਹਾਜ਼ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦਰਅਸਲ ਹਵਾਈ ਸੈਨਾ ਦੇ ਖੋਜੀ ਜਹਾਜ਼ ਵਿੱਚ ਕੋਈ ਪਾਇਲਟ ਮੌਜੂਦ ਨਹੀਂ ਹੁੰਦਾ। ਇਸ ਜਹਾਜ਼ ਨੂੰ ਰਿਮੋਟ ਰਾਹੀਂ ਚਲਾਇਆ ਜਾਂਦਾ।
ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਦੇ ਚੌੜਾ ਬਾਜ਼ਾਰ ਵਿੱਚ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੋ ਨੌਜਵਾਨਾਂ ਦੇ ਗੁੱਟਾਂ ਵਿੱਚ ਲੜਾਈ ਝਗੜੇ ਦੌਰਾਨ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਨੌਜਵਾਨ ਆਪਸ ਵਿੱਚ ਲੜਦੇ ਝਗੜਦੇ ਨਜ਼ਰ ਆ ਰਹੇ। ਇਸ ਝਗੜੇ ਦੌਰਾਨ ਇੱਕ ਧੜੇ ਵੱਲੋਂ ਗੋਲੀ ਵੀ ਚਲਾਈ ਗਈ ਅਤੇ ਗੋਲੀ ਚੱਲਣ ਉਪਰੰਤ ਸਾਰੇ ਨੌਜਵਾਨ ਭੱਜਦੇ ਹੋਏ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ। ਉੱਧਰ ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਹਰਕਤ ਵਿੱਚ ਆਉਂਦੇ ਹੋਏ ਮੌਕੇ 'ਤੇ ਪਹੁੰਚ, ਘਟਨਾ ਦੀ ਛਾਣਬੀਨ ਕਰਕੇ ਜਿੱਥੇ ਮਾਮਲਾ ਦਰਜ ਕੀਤਾ ਗਿਆ ਉੱਥੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਜਦੋਂ ਕਿ ਦੋ ਵਿਅਕਤੀਆਂ ਦੀ ਭਾਲ ਅਜੇ ਜਾਰੀ ਹੈ। ਦੱਸਿਆ ਜਾ ਰਿਹਾ ਕਿ ਇਸ ਮੌਕੇ ਜੋ ਵੈਪਨ ਵਰਤਿਆ ਗਿਆ ਉਹ ਵੀ ਬਰਾਮਦ ਕਰ ਲਿਆ ਗਿਆ ਅਤੇ ਜੋ ਨਜਾਇਜ਼ ਅਸਲੇ ਦੇ ਤੌਰ 'ਤੇ ਪਾਇਆ ਗਿਆ ਅਤੇ ਪੁਲਿਸ ਵੱਲੋਂ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਹਾਂਜੀ SPD ਸਾਹਿਬ, ਕੀ ਮਾਮਲਾ ਹੈ ਸਾਰਾ ਜੀ, ਜੋ ਮੰਡੀ ਗੋਬਿੰਦਗੜ੍ਹ ਦੇ ਵਿੱਚ ਘਟਨਾ ਸਾਹਮਣੇ ਆਈ ਹੈ ਜੀ ਗੋਲੀ ਚੱਲਣ ਦੀ? ਜੀ 112 ਚ ਕੰਪਲੇਂਟ ਰਿਸੀਵ ਹੋਈ ਸੀ, ਗੋਲੀ ਚੱਲਣ ਦੀ ਕੰਪਲੇਂਟ ਸੀਗੀ। ਉਹਦੇ ਬਾਅਦ SSP ਸਾਹਿਬ ਦੇ ਡਾਇਰੈਕਸ਼ਨ ਹੇਠ ਵੱਖ ਵੱਖ ਟੀਮਾਂ ਬਣਾਈ ਗਈ, ਮੌਕੇ 'ਚ DSP, SHO ਮੰਡੀ ਔਰ ਮੈਂ ਆਪ ਉੱਥੇ ਪਹੁੰਚਿਆ ਸੀ ਜੀ। ਉਹਦੇ ਬਾਅਦ ਜਿਹੜਾ ਪ੍ਰਾਈਮ ਐਕਿਊਜ਼ ਸੀਗਾ ਇਸ ਦੇ ਵਿੱਚ, ਉਹਨੂੰ ਅਰੈਸਟ ਕਰ ਲਿਆ ਗਿਆ, ਭਾਰਤ ਭੂਸ਼ਣ ਜੋਸ਼ੀ ਸੀਗਾ ਜੀ। ਉਹਦੇ ਨਾਲ ਦੋ ਮੁੰਡੇ ਹੋਰ ਸੀਗੇ ਜਿਹੜੇ ਇਸ ਵੇਲੇ ਉਹਨਾਂ ਦੀ ਵਾਲ ਕੀਤੀ ਜਾ ਰਹੀ ਹੈ ਜੀ। ਔਰ ਜਿਹੜਾ ਵੈਪਨ ਇਸ 'ਚ ਯੂਜ਼ ਕੀਤਾ ਸੀ ਉਹ ਵੀ ਰਿਕਵਰ ਕਰ ਲਿਆ ਗਿਆ ਜੀ। ਸਰ ਕੀ ਮਾਮਲਾ ਕੀ ਸੀਗਾ ਜੀ ਅਸਲ 'ਚ ਜੋ ਸਾਹਮਣੇ ਆਇਆ ਜੀ? ਇਹ ਹੁਣ ਤੱਕ ਇਹਨਾਂ ਦਾ ਕੋਈ ਪੈਸੇ ਦਾ ਲੈਣ ਦੇਣ ਸੀ ਜੀ, ਸੋ ਉਸਦੇ ਕਰਕੇ ਇਹਨਾਂ ਦੀ ਆਪਸ ਵਿੱਚ ਲੜਾਈ ਹੋ ਗਈ ਔਰ ਭਾਰਤ ਭੂਸ਼ਣ ਵੱਲੋਂ ਫਿਰ ਗੋਲੀ ਚਲਾਈ ਗਈ ਜੀ। ਸਰ ਕਿੰਨੇ ਕਿੰਨੇ ਬੰਦੇ ਇਸ ਮਾਮਲੇ ਦੇ ਵਿੱਚ ਅਰੈਸਟ ਕੀਤੇ ਗਏ ਨੇ ਜੀ? ਇੱਕ ਅਰੈਸਟ ਹੋ ਗਿਆ ਜੀ ਹਾਂਜੀ, ਔਰ 300 IPC 307 34 ਔਰ 25 ਆਮ ਸੈਕਟ ਦੇ ਤਹਿਤ ਮੁਕਦਮਾ ਦਰਜ ਹੋ ਗਿਆ। ਜਿਸ ਅਸਲੇ ਨਾਲ ਜੀ ਇਹ ਗੋਲੀ ਚਲਾਈ ਗਈ ਹੈ, ਕੀ ਹੋਰ ਲਾਇਸੈਂਸ ਸੀ ਜਾਂ ਨਜਾਇਜ਼ ਲਾਇਸੈਂਸ ਸੀ ਜੀ? ਨਹੀਂ ਜੀ, ਇਹ ਨਜਾਇਜ਼ ਸੀਗਾ, ਕੰਟਰੀ ਮੇਡ ਪਿਸਟਲ ਸੀਗਾ, ਤੋ ਉਹ ਵੀ ਇਨਵੈਸਟੀਗੇਸ਼ਨ ਆਪਾਂ ਕਰ ਰਹੇ ਹਾਂ ਜੀ। ਹਾਂਜੀ, ਹੋਰ ਟੀਮਾਂ SSP ਸਾਹਿਬ ਦੇ ਵੱਲੋਂ ਬਣਾਈ ਗਈਆਂ ਜਿਹੜੇ ਇਸ 'ਚ ਲੱਗੀ ਹੋਈ ਹੈ ਔਰ ਕੰਮ ਕਰ ਰਹੇ ਹਾਂ ਜੀ। ਤਾਰੋਂ ਪਾਰ ਵਾਲੀ ਜ਼ਮੀਨ ਨੂੰ ਲੈ ਕੇ ਕਿਸਾਨਾਂ ਤੇ ਹਲਕਾ ਦਿਹਾਤੀ ਫਿਰੋਜ਼ਪੁਰ ਵਿਧਾਇਕ ਆਮੋ ਸਾਹਮਣੇ ਨਜ਼ਰ ਆ ਰਹੇ ਨੇ। ਕਿਸਾਨਾਂ ਵੱਲੋਂ DC ਦਫ਼ਤਰ ਫਿਰੋਜ਼ਪੁਰ ਦੇ ਬਾਹਰ ਵਿਧਾਇਕ ਦੇ ਖਿਲਾਫ਼ ਪੋਸਟਰ ਲਗਾ ਕੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ, ਜਿੱਥੇ ਪੋਸਟਰਾਂ ਤੇ ਵਿਧਾਇਕ ਦੇ ਖਿਲਾਫ਼ ਪੈਸੇ ਦੀ ਮੰਗ ਨੂੰ ਲੈ ਕੇ ਰੋਸ ਜਤਾਇਆ ਜਾ ਰਿਹਾ। ਇਹਨਾਂ ਦੋਸ਼ਾਂ ਨੂੰ ਵਿਧਾਇਕ ਦਈਆ ਵੱਲੋਂ ਖਾਰਿਜ ਕਰ ਦਿੱਤਾ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਕਿਸਾਨ ਕਿਸੇ ਪਾਰਟੀ ਦੀ ਰਾਜਨੀਤੀ ਦੀ ਸ਼ੈ ਕਾਰਨ ਉਸ ਨੂੰ ਬਦਨਾਮ ਕਰ ਰਹੇ ਨੇ। ਦਰਅਸਲ ਲੰਮੇ ਸਮੇਂ ਤੋਂ ਤਾਰੋਂ ਪਾਰ ਪਈ ਸੈਂਕੜੇ ਏਕੜ ਸਰਕਾਰੀ ਜ਼ਮੀਨ ਵਿਵਾਦਾਂ 'ਚ ਦਿਖਾਈ ਦੇ ਰਹੀ ਹੈ। ਉਸ ਜ਼ਮੀਨ ਦੇ ਗਰੀਬ ਕਿਸਾਨ ਆਪਣੀ ਫਸਲ ਬੀਜ ਕੇ ਆਪਣਾ ਹੱਕ ਜਤਾ ਰਹੇ, ਲੇਕਿਨ ਪ੍ਰਸ਼ਾਸਨ ਵੱਲੋਂ ਤਿਆਰ ਹੋਰ ਜ਼ਮੀਨ 'ਤੇ ਫਸਲ ਕੱਟਣ 'ਤੇ ਰੋਕ ਲਗਾ ਦਿੱਤੀ ਗਈ ਹੈ, ਜਿਸ ਕਾਰਨ ਗੁੱਸੇ ਵਿੱਚ ਆਏ ਕਿਸਾਨਾਂ ਨੇ ਵਿਧਾਇਕ ਦਹੀਆ 'ਤੇ ਆਰੋਪ ਲਾਏ ਨੇ ਕਿ ਉਸਦੀ ਸ਼ਹਿ 'ਤੇ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ। ਦੂਜੇ ਪਾਸੇ ਵਿਧਾਇਕ ਨੇ ਕਿਹਾ ਕਿ ਕਿਸਾਨ ਉਹਨਾਂ ਨੂੰ ਕਿਸੇ ਸਿਆਸੀ ਪਾਰਟੀ ਦੀ ਸ਼ਹਿ 'ਤੇ ਬਦਨਾਮ ਕਰ ਰਹੇ। ਜਿਹੜੇ ਸਾਡੇ ਦਿਹਾਤੀ ਦੇ MLA ਨੇ ਰਜਨੀਸ਼ ਦਹੀਆ ਜੀ, ਇਹਨਾਂ ਨੇ ਇੱਕ ਪ੍ਰਸ਼ਾਸਨ ਨਾਲ ਰਲ ਕੇ DC ਸਾਹਿਬ ਨੂੰ ਤੇ BSF ਨਾਲ ਰਲ ਕੇ ਉਹ ਜਿਹੜਾ ਇੱਕ ਨੋਟਿਸ ਕਢਾ ਕੇ ਕਿਸਾਨਾਂ ਨੂੰ ਤੇ ਜੋ 195 ਨੰਬਰ ਗੇਟ ਉਹ ਬੰਦ ਕਰ ਦਿੱਤਾ ਕਿਸਾਨਾਂ ਵਾਸਤੇ। ਬੰਦ ਕੀ ਕੀਤਾ, ਜ਼ਮੀਨ ਆ ਉਹ ਘੱਟੋ ਘੱਟ 200-250 ਪਰਿਵਾਰ ਜਿਹੜਾ ਉੱਥੇ ਜਾਂਦਾ ਰੋਜ਼ ਡੇਲੀ, ਪਰ ਉਹ 'ਚ 300-900 ਕਿੱਲਾ ਜ਼ਮੀਨ ਆ, ਜੋ 350 ਕਿੱਲਾ ਜ਼ਮੀਨ ਜਿਹੜੇ ਲੋਕਾਂ ਦੀ ਆ ਉਹਨੂੰ ਰੋਕਿਆ ਗਿਆ ਕੰਡਿਆਲੀ ਤਾਰ ਤੋਂ ਅੱਗੇ, ਦਰਿਆ ਤੋਂ ਅੱਗੇ ਜੀ, ਸਤਲੁਜ ਦਰਿਆ ਤੋਂ ਅੱਗੇ ਉਹਨਾਂ ਲੋਕਾਂ ਨੂੰ ਰੋਕਿਆ ਗਿਆ ਜਿਹਨਾਂ 350-350 ਕਿੱਲਾ ਪਹਿਲੀ, ਜਿਹੜੇ ਬਾਕੀ ਜ਼ਮੀਨ ਉਹਦੇ 76 ਬੰਦੇ ਆ, ਉਹ ਅੱਜ ਵੀ ਜ਼ਮੀਨ ਤੋਂ ਪਾਰ ਜਾ ਰਹੇ ਨੇ, ਉਹ ਦਰਿਆ ਤੋਂ ਪਾਰ ਜਾ ਰਹੇ ਨੇ, ਤਾਰ ਤੋਂ ਅੱਗੇ ਜਾ ਰਹੇ ਨੇ, ਆਪਦੀ ਕਣਕ ਵੱਢ ਰਹੇ ਨੇ, ਕੋਈ ਸਰੋਂ ਵੱਢ ਰਿਹਾ, ਪਰ ਇਹਨਾਂ ਲੋਕਾਂ ਦੀ ਜਿਹੜੀ ਫਸਲ ਵਿੱਚੇ ਖੜੀ ਆ, ਕਈਆਂ ਨੇ ਸਰੋਂ ਵੱਢ ਕੇ ਰੱਖੀ ਆ, ਜੇ ਨਾ ਚੁੱਕੀ 2-4 ਦਿਨ ਉਹ 'ਚ ਵੈਸੇ ਕਿਰ ਜਾਣੀ ਆ,
ਉਹਦਾ ਕੋਈ ਫਾਇਦਾ ਨਹੀਂ। ਲੋਕਾਂ ਦੇ ਘਰਾਂ ਵਿੱਚ ਇੱਕ ਦਾਣਾ ਅਨਾਜ ਖਾਣ ਵਾਲਾ ਨਹੀਂ ਹੈਗਾ, ਕਿਉਂਕਿ ਪਿੱਛੇ ਪਹਿਲਾਂ ਪਾਣੀ ਆ ਗਿਆ, ਉਹ ਤੋਂ ਬਾਅਦ ਇੱਕ ਸਾਲ ਪਹਿਲਾਂ ਹੀ ਬੀਜਣ ਦਿੱਤੀ, ਤੇ ਫਿਰ ਜੇ ਇਹਨਾਂ ਨੇ ਅੱਜ ਰੋਕਣੀ ਸੀ ਫਿਰ ਬੀਜਣ ਕਿਉਂ ਦਿੱਤੀ? ਹੁਣ ਇਹ ਆਉਂਦੇ ਨੇ ਵੀ ਉੱਥੇ ਫਸਲ ਵੱਢ ਕੇ ਉਹ ਸਰਕਾਰ ਦੇ ਖਾਤੇ ਜਮ੍ਹਾਂ ਕਰਾਓ, ਕਿਉਂ ਕਹੋ ਜਮ੍ਹਾਂ ਕਰਾਈਏ? ਝੂਠ ਬੇਬੁਨਿਆਦ ਦੋਸ਼ ਨੇ ਇਹਨਾਂ ਕੋਲ। ਜੇ ਕੋਈ ਸਾਹਮਣੇ ਤਾਂ ਆਵੇ ਨਾ ਵੀ ਮੈਂ ਇਹਨਾਂ ਨੂੰ ਪੈਸੇ ਦਿੱਤੇ ਨੇ, ਕੋਈ ਆਡੀਓ ਕੋਈ ਵੀਡੀਓ ਜਾਂ ਬੰਦੇ ਆ ਕੇ ਸਾਹਮਣੇ ਕਹੇ ਕਿ ਮੈਂ ਦਿੱਤੇ ਨੇ, ਇਕੱਲੇ ਦੋਸ਼ ਨੇ, ਦੋਸ਼ ਤਾਂ ਕਿਸੇ ਤੇ ਵੀ ਲਾ ਦੇਣਗੇ। ਔਰ ਪੋਸਟ ਵੀ ਉਹਨਾਂ ਲਗਾਏ ਨੇ ਕਾਫੀ ਜ਼ਿਆਦਾ, ਜਿੱਥੇ ਲਿਖਿਆ FIR ਦਰਜ ਹੈ ਬਲਾਤਕਾਰ ਦੀ। ਮੇਰੇ ਤੇ 2011-12 ਦੇ ਵਿੱਚ ਇੱਕ ਝੂਠਾ ਪਰਚਾ ਦਰਜ ਹੋਇਆ ਸੀਗਾ, ਉਹ ਉਦੋਂ ਹੀ ਖਾਰਜ ਹੋ ਗਿਆ ਸੀਗਾ। ਔਰ ਇਹ ਗੱਲ ਮੈਂ ਜਦੋਂ ਮੈਂ ਆਪਣੇ ਨੋਮੀਨੇਸ਼ਨਸ ਭਰੇ ਸੀਗੇ ਉਸ ਨੋਮੀਨੇਸ਼ਨ ਪੇਪਰਾਂ ਦੇ ਵਿੱਚ ਵੀ ਮੈਂਸ਼ਨ ਕੀਤਾ ਹੋਇਆ ਸੀ। ਮੈਂ ਉਹੀ ਤਾਂ ਕਹਿ ਰਿਹਾ ਨਾ ਜੀ, ਮੈਂ ਉਹਦੇ ਵਿੱਚ ਮੈਂ ਆਪਣੇ ਨੋਮੀਨੇਸ਼ਨ ਪੇਪਰ 'ਚ ਵੀ ਭਰੇ ਹੋਏ ਸੀ। ਮੈਨੂੰ ਇਹ ਲੱਗ ਰਿਹਾ ਵੀ ਇਹ ਜਿਹੜੀ ਚੀਜ਼ ਹੈਗੀ ਹੈ, ਜਿਹੜੇ ਮੇਰੇ 'ਤੇ ਐਲੀਗੇਸ਼ਨਸ ਲਾ ਰਹੇ ਨੇ, ਇਹ ਸਿਰਫ ਕਿਸੇ ਵਾਸਤੇ ਰਾਜਨੀਤਿਕ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ। ਔਰ ਇਲੈਕਸ਼ਨ ਦਾ ਟਾਈਮ ਹੈ, ਇਲੈਕਸ਼ਨ ਦੇ ਟਾਈਮ ਦੇ ਵਿੱਚ ਤੁਹਾਨੂੰ ਪਤਾ ਇਹ ਚੀਜ਼ਾਂ ਆਮ ਗੱਲਾਂ ਨੇ, ਔਰ ਇਹ ਕੋਈ ਨਾ ਕੋਈ ਰਾਜਨੀਤਿਕ ਤੌਰ 'ਤੇ ਇਸ ਚੀਜ਼ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਗਾਜ਼ੀਆਬਾਦ ਨੇ ਇੱਕ ਵੀਡੀਓ ਦੇ ਸੰਬੰਧ ਵਿੱਚ ਜਾਂਚ ਸ਼ੁਰੂ ਕੀਤੀ ਹੈ, ਜਿਸ ਵਿੱਚ ਇੱਕ ਪੁਲਿਸ ਕਰਮਚਾਰੀ ਇੱਕ ਵਿਅਕਤੀ ਨੂੰ ਕੁੱਟਣ ਤੋਂ ਪਹਿਲਾਂ ਉਸਦੇ ਵਾਲਾਂ ਤੋਂ ਖਿੱਚਦਾ ਨਜ਼ਰ ਆ ਰਿਹਾ। ਸੋਸ਼ਲ ਮੀਡੀਆ ਤੇ ਵਾਇਰਲ ਹੋਈ 9 ਸੈਕਿੰਡ ਦੀ ਵੀਡੀਓ ਵਿੱਚ ਉੱਤਰ ਪ੍ਰਦੇਸ਼ ਪੁਲਿਸ ਦਾ ਇੱਕ ਸਬ ਇੰਸਪੈਕਟਰ ਇੱਕ ਈ ਰਿਕਸ਼ਾ ਕੋਲ ਖੜੇ ਇੱਕ ਵਿਅਕਤੀ ਨੂੰ ਖਿੱਚਦਾ ਤੇ ਕੁੱਟਦਾ ਦੇਖਿਆ ਜਾ ਸਕਦਾ ਹੈ। ਪੀੜਤ ਵੇਵ ਸਿਟੀ ਥਾਣਾ ਖੇਤਰ ਦੇ ਅਧਿਆਤਮਕ ਨਗਰ ਇਲਾਕੇ 'ਚ ਈ ਰਿਕਸ਼ਾ ਚਾਲਕ ਹੈ। 9 ਸੈਕਿੰਡ ਦੇ ਵਾਇਰਲ ਵੀਡੀਓ ਦਾ ਨੋਟਿਸ ਲੈਂਦੇ ਉੱਚ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਲਈ ਵਧੀਕ ਪੁਲਿਸ ਕਮਿਸ਼ਨਰ ਪੂਨਮ ਮਿਸ਼ਰਾ ਨੂੰ ਸੌਂਪ ਦਿੱਤੀ ਹੈ। ਵਧੀਕ ਪੁਲਿਸ ਕਮਿਸ਼ਨਰ ਮਿਸ਼ਰਾ ਨੇ ਮੀਡੀਆ ਨੂੰ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਹਰਿਆਣਾ ਸਰਕਾਰ ਨੇ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਰਾਜ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਅਪ੍ਰੈਲ ਮਹੀਨੇ ਦੇ ਸ਼ੁਰੂ ਹੋਏ ਵਿੱਦਿਅਕ ਸੈਸ਼ਨ ਦੌਰਾਨ ਸਰਕਾਰੀ ਸਕੂਲਾਂ 'ਚ ਪੜ੍ਹਦੇ ਪਹਿਲੀ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਵਿਦਿਆਰਥੀ ਆਵਾਜਾਈ ਸੁਰੱਖਿਆ ਸਕੀਮ ਤਹਿਤ ਬੱਸ ਦੀ ਸਹੂਲਤ ਮੁਹੱਈਆ ਕਰਵਾਈ ਜਾਏਗੀ। ਸਿੱਖਿਆ ਡਾਇਰੈਕਟੋਰੇਟ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਪੱਤਰ ਅਨੁਸਾਰ ਮੁਫ਼ਤ ਟਰਾਂਸਪੋਰਟ ਪ੍ਰਣਾਲੀ ਦਾ ਲਾਭ ਲੈਣ ਵਾਲੇ ਵਿਦਿਆਰਥੀਆਂ ਦੀ ਦੂਰੀ ਸਮੇਤ ਡਾਟਾ MIS ਪੋਰਟਲ 'ਤੇ ਅਪਲੋਡ ਕੀਤਾ ਜਾਏਗਾ। ਜੋ ਵਿਦਿਆਰਥੀ ਸਕੀਮ ਦਾ ਲਾਭ ਲੈਣਾ ਚਾਹੁੰਦੇ ਨੇ ਉਹਨਾਂ ਦਾ ਡਾਟਾ, ਦੂਰੀ, ਵਾਹਨਾਂ ਦੀ ਸੂਚੀ, ਰੂਟ ਮੈਪ ਸਮੇਤ ਅਪਲੋਡ ਕੀਤਾ ਜਾਏਗਾ। ਹਰਿਆਣਾ ਸਰਕਾਰ 1 ਮਈ ਤੋਂ ਰਾਜ ਦੇ ਵਿਦਿਆਰਥੀਆਂ ਨੂੰ ਮੁਫ਼ਤ ਟਰਾਂਸਪੋਰਟ ਯੋਜਨਾ ਦਾ ਲਾਭ ਦੇਣ ਦੀ ਯੋਜਨਾ ਬਣਾ ਰਹੀ ਹੈ। ਧਿਆਨ ਦੇਣ ਯੋਗ ਇਹ ਗੱਲ ਹੈ ਕਿ ਸਾਬਕਾ CM ਮਨੋਹਰ ਲਾਲ ਨੇ 16 ਜਨਵਰੀ ਨੂੰ ਵਿਦਿਆਰਥੀ ਟਰਾਂਸਪੋਰਟ ਸੁਰੱਖਿਆ ਯੋਜਨਾ ਸ਼ੁਰੂ ਕੀਤੀ ਸੀ। ਅਬੋਹਰ ਵਿੱਚ ਸਵੇਰੇ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਹੇ ਇੱਕ ਈ ਰਿਕਸ਼ਾ ਅਚਾਨਕ ਸੜਕ ਤੇ ਪਲਟ ਗਿਆ, ਜਿਸ ਕਾਰਨ 7 ਸਕੂਲੀ ਬੱਚੇ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਪ੍ਰਬੰਧਕ ਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ ਤੇ ਜ਼ਖਮੀ ਬੱਚਿਆਂ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜ ਪੀਰ ਮੁਹੱਲਾ ਦਾ ਰਹਿਣ ਵਾਲਾ ਈ ਰਿਕਸ਼ਾ ਚਾਲਕ ਲਖਵਿੰਦਰ ਸਿੰਘ ਆਪਣੇ ਈ ਰਿਕਸ਼ਾ 'ਚ ਦਰਜਨ ਦੇ ਕਰੀਬ ਬੱਚਿਆਂ ਨੂੰ ਲੈ ਕੇ ਸਕੂਲ ਜਾ ਰਿਹਾ ਸੀ। ਜਦੋਂ ਉਹ ਸੀਤੋ ਰੋਡ 'ਤੇ ਪਹੁੰਚੇ ਤਾਂ ਅਚਾਨਕ ਉਸਦੇ ਈ ਰਿਕਸ਼ਾ ਦਾ ਐਕਸਲ ਟੁੱਟ ਗਿਆ, ਜਿਸ ਕਾਰਨ ਰਿਕਸ਼ਾ ਸੜਕ 'ਤੇ ਪਲਟ ਗਿਆ ਅਤੇ ਸਾਰੇ ਬੱਚੇ ਸੜਕ 'ਤੇ ਡਿੱਗ ਪਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਦੇ ਡਾਇਰੈਕਟਰ ਅਤੇ ਬੱਚਿਆਂ ਦੇ ਮਾਪੇ ਵੀ ਮੌਕੇ 'ਤੇ ਪਹੁੰਚੇ ਅਤੇ ਬੱਚਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ। ਬੱਚਿਆਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਿਕਸ਼ਾ ਚਾਲਕ ਨੇ ਆਪਣੇ ਈ ਰਿਕਸ਼ਾ ਵਿੱਚ ਜ਼ਿਆਦਾ ਬੱਚੇ ਬੈਠਣ ਲਈ ਵੱਖਰੀਆਂ ਸੀਟਾਂ ਲਗਾ ਦਿੱਤੀਆਂ ਸਨ, ਜਿਸ ਕਾਰਨ ਈ ਰਿਕਸ਼ਾ ਪਲਟ ਗਿਆ ਅਤੇ ਉਹਨਾਂ ਨੇ ਈ ਰਿਕਸ਼ਾ ਚਾਲਕ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਨਿਕਲ ਗਏ ਸੀਗੇ, ਇਹਨਾਂ ਦੇ ਰਿਮ ਚੱਜ ਤਰ੍ਹਾਂ ਨਹੀਂ ਪਵਾ ਰੱਖੇ ਸੀ ਤੇ ਉਹ ਮੇਰਾ ਹੱਥ ਥੱਲੇ ਆ ਗਿਆ ਇਹਦੇ ਵਿੱਚ। ਤੇ ਮਤਲਬ ਕਿੰਨੇ ਕੁ ਬੱਚੇ ਸੀ ਰਿਕਸ਼ਾ ਦੇ ਵਿੱਚ? 15 ਬੱਚੇ ਸੀ, ਆਖਿਰ ਕੀ 6 ਬੱਚੇ ਬਹਿੰਦੇ ਆ ਰਿਕਸ਼ਾ 'ਚ। ਤੇ ਤੁਸੀਂ ਕਦੀ ਟੋਕਿਆ ਨਹੀਂ ਉਹਨੂੰ ਬਈ ਇੰਨੇ ਬੱਚੇ ਕਿਉਂ? ਅਸੀਂ ਇਹਨੇ ਕਹਿੰਦੇ ਆ ਅਸੀਂ ਕਈ ਵਾਰੀ ਤਾਂ ਬੱਚੇ ਗੋਦੀਆਂ 'ਚ ਵੀ ਬਿਠਾ ਕੇ ਲੈ ਕੇ ਜਾਂਦੇ ਆ। ਕੈਨੇਡਾ ਤੋਂ 5 ਮਹੀਨੇ ਪਹਿਲਾਂ ਆਪਣੀ ਭੈਣ ਦੇ ਵਿਆਹ 'ਤੇ ਆਏ ਨੌਜਵਾਨ ਦੀ ਲਾਸ਼ ਗੁਰਦਾਸਪੁਰ ਦੇ ਥਾਣਾ ਤਿੱਬੜ ਦੇ ਤਹਿਤ ਆਉਂਦੇ ਪਿੰਡ ਕੋਠੇ ਨੇੜੇ ਸਥਿਤ ਫਲਾਈਓਵਰ ਦੇ ਨੇੜੇ ਝਾੜੀਆਂ 'ਚ ਮਿਲੀ। ਮ੍ਰਿਤਕ ਨੌਜਵਾਨ ਘਰੋਂ ਆਪਣੇ ਦੋਸਤ ਦੀ ਜਨਮਦਿਨ ਪਾਰਟੀ ਲਈ ਨਿਕਲਿਆ ਸੀ। ਲਾਸ਼ ਮਿਲਣ ਤੋਂ ਬਾਅਦ ਜਦੋਂ ਪੁਲਿਸ ਨੇ ਆਲੇ ਦੁਆਲੇ CCTV ਕੈਮਰੇ ਖੰਗਾਲੇ ਤਾਂ ਹੈਰਾਨੀਜਨਕ ਖੁਲਾਸਾ ਹੋਇਆ ਕਿ ਦੋ ਵਿਅਕਤੀਆਂ, ਜਿਨ੍ਹਾਂ ਵਿੱਚੋਂ ਇੱਕ ਲੜਕੀ ਦੇ ਕੱਪੜੇ ਪਹਿਨੇ ਲੱਗ ਰਹੇ ਨੇ, ਵੱਲੋਂ ਇਹ ਲਾਸ਼ ਕਾਰ ਵਿੱਚ ਲਿਆ ਕੇ ਇੱਥੇ ਸੁੱਟੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਤਫਤੀਸ਼ ਕਰਦਿਆਂ ਦੋ ਨੌਜਵਾਨਾਂ ਨੂੰ ਮਾਮਲੇ 'ਚ ਨਾਮਜ਼ਦ ਕਰ ਲਿਆ। ਮ੍ਰਿਤਕ ਦੀ ਪਛਾਣ 27 ਸਾਲਾ ਜਸ਼ਨਪ੍ਰੀਤ ਸਿੰਘ ਵਾਸੀ ਕੋਟ ਕੇਸਰਾ ਸਿੰਘ ਥਾਣਾ ਝੰਡੇਰ ਹਾਲ ਵਾਸੀ ਫਤਿਹਗੜ੍ਹ ਚੂੜੀਆਂ ਵਜੋਂ ਹੋਈ। ਅੰਮ੍ਰਿਤਸਰ ਦੀ ਥਾਣਾ ਮੋਕਮਪੁਰਾ ਪੁਲਿਸ ਵੱਲੋਂ ਇੱਕ ਟੈਕਸੀ ਚਾਲਕ ਪਾਸੋਂ ਉਸਦੀ ਕਾਰ ਖੋਹ ਕਰਨ ਵਾਲੇ ਦੋ ਦੋਸ਼ੀ ਕਾਬੂ ਕੀਤੇ ਗਏ ਨੇ। ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਖੋਹਸ਼ੁਦਾ ਗੱਡੀ ਮਾਰਕਾ ਹੋਂਡਾ ਅਤੇ ਵਾਰਦਾਤ ਸਮੇਂ ਵਰਤੀ ਗਈ ਗੱਡੀ ਮਾਰਕਾ ਮਹਿੰਦਰਾ ਥਾਰ ਵੀ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਉਮਰ ਕਰੀਬ 20 ਸਾਲ ਦੇ ਲਗਭਗ ਹੈ। ਇਹਨਾਂ ਨਾਲ ਇੱਕ ਲੜਕੀ ਪੂਜਾ ਦਿੱਲੀ ਵਾਲੀ ਸ਼ਾਮਿਲ ਹੈ। ਬਾਕੀ ਇਹਨਾਂ ਦੇ 3 ਸਾਥੀਆਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਏਗਾ। ਉਹਨਾਂ ਵੱਲੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਅਤੇ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ। ਨੰਗਲ ਦੀ ਸਭ ਤੋਂ ਪੌਸ਼ ਕਲੋਨੀ ਸ਼ਿਵਾਲਿਕ ਐਵਨਿਊ 'ਚ ਕਰੀਬ 25 ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਜਿਸ 'ਤੇ ਥਾਣਾ ਨੰਗਲ ਦੀ ਪੁਲਿਸ ਨੇ ਧਾਰਾ 304 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਦੀ ਪੁਸ਼ਟੀ ਖੁਦ ਨਵਾਂ ਨੰਗਲ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਰਜਿੰਦਰ ਕੁਮਾਰ ਨੇ ਕੀਤੀ। ਇਸ ਸੰਬੰਧੀ ਪੁਲਿਸ ਚੌਂਕੀ ਨਿਆ ਨੰਗਲ ਦੇ ਇੰਚਾਰਜ ਸਬ ਇੰਸਪੈਕਟਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸੰਜੀਵ ਕੁਮਾਰ ਵੱਲੋਂ ਸ਼ਿਕਾਇਤ ਕੀਤੀ ਗਈ ਅਤੇ ਉਸਦੇ ਬਿਆਨਾਂ ਦੇ ਆਧਾਰ 'ਤੇ ਧਾਰਾ 304 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਹਾਂਜੀ, ਇਹ ਸ਼ਿਵਾਲਿਕ ਐਵਨਿਊ ਦੇ ਵਿੱਚੋਂ ਇੱਕ ਇਨਫੋਰਮੇਸ਼ਨ ਆਈ ਸਾਨੂੰ, ਹੋਸਪਿਟਲ ਤੋਂ ਰੁਕਾ ਵੀ ਆਇਆ ਸੀ ਵੀ ਇੱਕ ਵਿਜੇ ਕੁਮਾਰ ਹੈ ਜਿਹੜੀ ਉਹ ਬਰੋਡ ਐਡ ਹੋਸਪਿਟਲ ਵਿੱਚ ਗਿਆ ਵਾ ਅਤੇ ਮੈਂ ਜਾ ਗਿਆ ਮੌਕੇ 'ਤੇ ਜਾ ਕੇ ਦੇਖਿਆ ਤਾਂ ਜਿਹੜਾ ਵਿਜੇ ਕੁਮਾਰ ਹੈ ਉਹਦਾ ਇੱਕ ਦੋਸਤ ਹੈ ਇੰਦਰਜੀਤ ਸਿੰਘ ਪੰਬੀ,
ਉਹਦੇ ਘਰੇ ਗਿਆ ਸੀ, ਉਹਦਾ ਬੇਟਾ ਮੈਂਟਲੀ ਪ੍ਰਪੇਅਰ ਨਹੀਂ ਹੈਗਾ, ਉਹਨੂੰ ਕਹਿੰਦਾ ਵੀ ਮੈਂ ਰੋਟੀ ਨਹੀਂ ਖਾਂਦਾ, ਰੋਟੀ ਖਿਲਾਣ ਲਈ ਗਿਆ ਸੀ, ਇਨ ਬਿਟਵੀਨ ਉਹ ਕੋਠੇ ਤੇ ਚੜ ਗਏ ਤੇ ਉੱਥੋਂ ਉਹਨਾਂ ਦੇ ਵਿੱਚ ਆਪ ਕਸ਼ਮਾ ਕਸ਼ਮ ਹੋਈ ਤੇ ਜਿਹਦੇ ਕਰਕੇ ਜਿਹੜਾ ਉਹ ਬਿਜੇ ਆ ਉੱਤੋਂ ਥੱਲੇ ਡਿੱਗਿਆ ਤੇ ਉਹਦੇ ਸਿਰ 'ਚ ਸੱਟ ਲੱਗਣ ਕਰਕੇ ਉਹਦੀ ਮੌਕੇ 'ਤੇ ਡੈਥ ਹੋ ਗਈ ਸੀ। ਤੇ ਹੁਣ ਅਸੀਂ ਉਹਨਾਂ ਦੇ ਪੇਰੈਂਟਸ ਬੁਲਾਏ ਆ, ਉਹਦਾ ਬ੍ਰਦਰ ਆਇਆ ਹੈਗਾ ਇੱਥੇ ਸੰਜੀਵ ਕੁਮਾਰ ਜੀ, ਉਹਦੇ ਬੈਨਰ ਦੇ ਉੱਤੇ ਅਸੀਂ ਅਗਲੀ ਕਾਰਵਾਈ ਸ਼ੁਰੂ ਕੀਤੀ ਆ। ਅੰਮ੍ਰਿਤਸਰ ਦੇ ਵਿੱਚ ਇੱਕ ਪੀੜਿਤ ਪਤਨੀ ਨੇ ਆਪਣੇ ਪਤੀ ਤੇ ਉਸ ਦੇ ਨਾਲ ਜ਼ਬਰਦਸਤੀ ਕਰਨ ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਨੇ। ਪੀੜਿਤ ਪਤਨੀ ਦਾ ਕਹਿਣਾ ਹੈ ਕਿ ਉਸਦਾ ਵਿਆਹ 7 ਸਾਲ ਪਹਿਲਾਂ ਕੋਟ ਖਾਲਸਾ ਇਲਾਕੇ ਵਿਖੇ ਹੋਇਆ ਸੀ। ਉਸਦਾ ਪਤੀ ਮੰਗਤ ਰਾਮ ਉਸ ਨਾਲ ਕਾਫੀ ਕੁੱਟਮਾਰ ਕਰਕੇ ਉਸਨੂੰ ਤੰਗ ਪਰੇਸ਼ਾਨ ਕਰਦਾ ਸੀ, ਜਿਸ ਕਾਰਨ ਉਹ ਆਪਣੇ ਪੇਕੇ ਘਰ ਰਹਿਣ ਲੱਗ ਪਈ ਤੇ ਅੱਜ ਵੀ ਉਸਦੇ ਪਤੀ ਵੱਲੋਂ ਉਸ ਨਾਲ ਜਦੋਂ ਆਪਣੀ ਨੌਕਰੀ ਤੋਂ ਘਰ ਵਾਪਿਸ ਆ ਰਹੀ ਸੀ ਤੇ ਰਸਤੇ ਵਿੱਚ ਉਸਦੇ ਪਤੀ ਵੱਲੋਂ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਨਾਲ ਹੀ ਕੁੱਟਮਾਰ ਕੀਤੀ ਗਈ, ਜਿਸਦੇ ਚੱਲਦੇ ਪੀੜਿਤ ਪਤਨੀ ਨੇ ਆਪਣੀ ਇੱਜ਼ਤ ਨੂੰ ਬਚਾਉਣ ਤੇ ਪੀੜਿਤ ਮਹਿਲਾ ਦੇ ਹੱਕ ਵਿੱਚ ਆਏ ਸ਼ਿਵ ਸੈਨਾ ਆਗੂ ਨੇ ਦੱਸਿਆ ਕਿ ਇਸ ਪੀੜਿਤ ਔਰਤ ਦੇ ਦੋ ਬੱਚਿਆਂ ਤੇ ਇੱਕ ਲੜਕਾ ਤੇ ਆਪਣੇ ਘਰ ਦਾ ਗੁਜ਼ਾਰਾ ਕੰਮ ਕਾਜ ਕਰਕੇ ਕਰਦੀ ਤੇ ਇਸਦਾ ਪਤੀ ਆਏ ਦਿਨ ਇਸ ਨੂੰ ਤੰਗ ਪਰੇਸ਼ਾਨ ਕਰਦਾ। ਉੱਥੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਵੱਲੋਂ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਮੈਂ ਕੱਲ ਆਪਣੇ ਕੰਮ ਤੋਂ ਘਰੇ ਆਉਂਦੀ ਪਈ ਸੀ ਰਾਤ ਨੂੰ 8:30 ਵਜੇ, ਮੇਰੇ ਘਰ ਵਾਲੇ ਨੇ ਆ ਕੇ ਪਿੱਛੋਂ ਦੀ ਮੇਰੇ ਛਾਤੀ ਤੇ ਹੱਥ ਪਾ ਕੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਮਾਰ ਕੁਟਾਈ ਕਰਕੇ ਤੇ ਚਲੇ ਗਏ, ਭੱਜ ਗਏ ਸੀ। ਮੈਂ ਇੱਥੇ ਥਾਣੇ ਵਿੱਚ ਕੰਪਲੇਂਟ ਵੀ ਕਰਾਈ, ਇੱਥੇ ਕੋਈ ਕਾਰਵਾਈ ਨਹੀਂ ਕਰਦੇ ਹੋਏ, ਕਹਿੰਦੇ ਆ ਕਿ ਕੋਈ ਪਰਚਾ ਨਹੀਂ ਬਣਦਾ ਜੇ, ਜਦਕਿ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ। ਕਿੰਨੀ ਦੇਰ ਹੋ ਗਈ ਵਿਆਹ ਕਰਾਏ ਨੇ? ਮੈਨੂੰ 7 ਸਾਲ ਹੋ ਗਏ, ਮੇਰੇ 3 ਬੱਚੇ ਨੇ, 2 ਬੇਟੀਆਂ 1 ਬੇਟਾ। ਅੱਛਾ, ਤੇ ਹੁਣ ਤੁਸੀਂ ਕਿੱਥੇ ਰਹਿ ਰਹੇ ਹੋ? ਹੁਣ ਮੈਂ 2 ਸਾਲ ਤੋਂ ਆਪਣੀ ਮੰਮਾ ਵੱਲ ਰਹਿੰਦੀ ਪਈ। ਹਾਂਜੀ, ਕੋਰਟ 'ਚ ਕੇਸ ਚੱਲਦਾ ਪਿਆ। ਇੱਕ ਲੜਕੀ ਆ ਨੇਹਾ ਨਾਂ ਦੀ, ਇਹ ਕੋਟ ਖਾਲਸਾ 'ਚ ਵਿਆਹੀ ਹੋਈ ਆ 7 ਸਾਲ ਤੋਂ, 2 ਸਾਲ ਇਹਦੇ ਜਿਹੜੇ ਘਰ ਵਾਲੇ ਨਾਲ ਅਣਬਣ ਹੋਈ ਆ, ਮਤਲਬ ਇਹਨਾਂ ਦਾ ਕੋਰਟ 'ਚ ਕੇਸ ਚੱਲ ਰਿਹਾ। ਇਸਦੇ 3 ਬੱਚੇ ਹਨ, 2 ਲੜਕੀਆਂ 1 ਲੜਕਾ ਆ, ਛੋਟੇ ਛੋਟੇ ਬੱਚੇ 3 ਹੀ। ਅੱਜ ਇਹਦੇ ਘਰ ਵਾਲਾ ਇਹਦੇ ਘਰ ਆ ਕੇ ਇਹਨੇ ਕੁੱਟਮਾਰ ਕਰਕੇ ਗਿਆ, ਇਹਦਾ ਮੈਡੀਕਲ ਕਰਵਾਇਆ, ਬਾਕੀ ਰਿਜ਼ਲਟ ਆਉਣਾ ਬਾਕੀ ਆ, ਜੋ ਰਿਜ਼ਲਟ ਆਏਗਾ ਕਾਰਵਾਈ ਕੀਤੀ ਜਾਵੇ। ਕਾਰਵਾਈ ਕਰਾਂਗੇ, ਬਾਕੀ ਗੱਲ ਅਫਸਰਾਂ ਦੇ ਨੌਲੇਜ 'ਚ ਲਿਆਵਾਂਗੇ, ਸਾਰੀ ਗੱਲ ਕਾਰਵਾਈ ਕਰਾਂਗੇ, ਜੋ ਵੀ ਕੁਝ ਹੋਇਆ ਉਹ ਕਰਾਂਗੇ। ਸ਼ਰਾਬ ਖਾਤਰ ਇੱਕ ਕਾਲਯੋਗੀ ਪੁੱਤ ਨੇ ਆਪਣੀ ਮਾਂ ਨਾਲ ਕੁੱਟਮਾਰ ਕੀਤੀ ਹੈ। ਮਾਂ ਨਾਲ ਹੱਥੋਪਾਈ ਕਰਦੇ ਦੇਖ ਕੇ ਲੋਕਾਂ ਨੇ ਮਾਂ ਨੂੰ ਛੁਡਾਇਆ ਤੇ ਪੁੱਤ ਦੀ ਛਿੱਤਰ ਪਲੇਟ ਕੀਤੀ, ਜਿਸ ਤੋਂ ਬਾਅਦ ਮਾਂ ਨੇ ਚੱਪਲ ਨਾਲ ਆਪਣੇ ਪੁੱਤ ਨੂੰ ਕੁੱਟਿਆ। ਘਟਨਾ ਥਾਣਾ ਡਿਵੀਜ਼ਨ ਨੰਬਰ 5 ਅਧੀਨ ਆਉਂਦੀ ਚੌਂਕੀ ਕੋਚਰ ਮਾਰਕੀਟ ਸਥਿਤ ਜਵਾਹਰ ਨਗਰ ਕੈਂਪ ਇਲਾਕੇ ਦੀ ਹੈ। ਜਾਣਕਾਰੀ ਮੁਤਾਬਿਕ ਜਵਾਹਰ ਨਗਰ ਕੈਂਪ ਲੁਧਿਆਣਾ 'ਚ ਊਸ਼ਾ ਨਾਮੀ ਔਰਤ ਫਲਾਂ ਦੀ ਰੇਹੜੀ ਲਾ ਕੇ ਘਰ ਦਾ ਗੁਜ਼ਾਰਾ ਤੋਰਦੀ ਹੈ, ਜਦੋਂ ਕਿ ਸ਼ਰਾਬੀ ਪੁੱਤ ਆਮ ਤੌਰ 'ਤੇ ਨਸ਼ੇ ਦੀ ਖਾਤਰ ਮਾਂ ਨਾਲ ਕੁੱਟਮਾਰ ਕਰਦਾ ਹੈ। ਦੇਰ ਰਾਤ ਨੂੰ ਉਸਦੇ ਪੁੱਤ ਨੂੰ ਅਚਾਨਕ ਸ਼ਰਾਬ ਦੀ ਤਲਬ ਉੱਠੀ ਤਾਂ ਉਸਨੇ ਮਾਂ ਦੀ ਰੇਹੜੀ 'ਤੇ ਜਾ ਕੇ ਗੱਲੇ 'ਚੋਂ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਮਾਂ ਨੇ ਇਸਨੂੰ ਰੋਕਿਆ ਤਾਂ ਉਸਨੇ ਮਾਂ ਨਾਲ ਕੁੱਟਮਾਰ ਕੀਤੀ। ਉਸਦੀ ਇਹ ਹਰਕਤ ਆਲੇ ਦੁਆਲੇ ਦੇ ਲੋਕਾਂ ਤੋਂ ਬਰਦਾਸ਼ਤ ਨਹੀਂ ਹੋਈ ਤੇ ਉਹਨਾਂ ਨੇ ਮਾਂ ਦਾ ਬਚਾਅ ਕੀਤਾ ਤੇ ਪੁੱਤ ਦੀ ਛਿੱਤਰ ਪਲੇਟ ਕੀਤੀ। ਸ਼ਰੇ ਬਾਜ਼ਾਰ ਕਾਫੀ ਦੇਰ ਤੱਕ ਹੋਏ ਹੰਗਾਮੇ ਦੇ ਬਾਵਜੂਦ ਪੁਲਿਸ ਦਿਖਾਈ ਨਹੀਂ। ਜਿੱਦਾਂ ਦਾ ਮੇਰਾ ਆਦਮੀ ਮਰਿਆ ਉਦਾਂ ਦਾ ਮੈਨੂੰ ਅੱਧੀ ਅੱਧੀ ਰਾਤੀ ਉਹ ਕੱਢ ਦਿੰਦਾ ਫੜ ਕੇ, ਮੈਨੂੰ ਤੇ ਮੇਰੇ ਪੋਤੇ ਨੂੰ ਵੀ। ਆਹੋ, ਅੱਧੀ ਅੱਧੀ ਰਾਤੀ ਜਾ ਕੇ ਗਲੀ 'ਚ ਗੰਦੀਆਂ ਗਾਲਾਂ ਕੱਢਦਾ ਆ। ਫਿਰ ਮਾਤਾ ਕੀ ਗੱਲ ਹੋਈ ਸੀ ਇੱਥੇ, ਇੰਨਾ ਹੁੱਲੜਬਾਜ਼ੀ ਕਾਹਦੀ ਹੋਈ ਸੀ? ਬਸ ਆਇਆ ਮੈਨੂੰ ਕਹਿੰਦਾ
ਨਸ਼ਾ ਕਰਦਾ ਹੈ? ਨਸ਼ਾ ਕਰਦਾ, ਪੀਂਦਾ ਆ, ਤਿੰਨ ਤਿੰਨ ਬੋਤਲਾਂ ਰੋਜ਼ ਦੀਆਂ ਪੀ ਜਾਂਦਾ ਆ। ਅੱਛਾ, ਹੁਣ ਕੀ ਮੰਗ ਕੀ ਹੈ ਤੁਹਾਡੀ? ਬਸ ਮੈਨੂੰ ਕਾਨੀ ਰੱਖਣਾ ਚਾਹੁੰਦੀ ਇਹਨੂੰ ਮੈਂ। ਤੇਰੀ, ਤੁਸੀਂ ਆਪਣੀ ਰੋਜੀ ਰੋਟੀ ਆਪ ਕਮਾ ਰਹੇ ਹੋ? ਹਾਂਜੀ, ਮੈਂ ਆਪ ਹੀ ਕਮਾਉਂਦੀ, ਮੈਨੂੰ ਕੋਈ ਨਹੀਂ ਦਿੰਦਾ ਹੈਗਾ ਮੈਨੂੰ। ਮਾਮਲਾ ਅੰਮ੍ਰਿਤਸਰ ਦੇ ਪੁਤਲੀਘਰ ਚੌਂਕ ਤੋਂ ਸਾਹਮਣੇ ਆਇਆ, ਜਿੱਥੇ ਆਪਣੇ ਪਰਿਵਾਰ ਨਾਲ ਕਾਰ ਵਿੱਚ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਜਾ ਰਹੇ ਸਿੱਖ ਨੌਜਵਾਨ ਦੇ ਅੰਮ੍ਰਿਤਸਰ ਪੁਤਲੀਘਰ ਚੌਂਕ ਵਿੱਚ ਪਹਿਲਾਂ ਤਾਂ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਵੱਲੋਂ ਟੱਕਰ ਮਾਰੀ ਗਈ ਅਤੇ ਬਾਅਦ ਵਿੱਚ ਬਹਿਸ ਕਰਨ ਉਪਰੰਤ ਕੜੇ ਮਾਰ ਕੇ ਕਾਰ ਦੇ ਸ਼ੀਸ਼ੇ ਤੱਕ ਭੰਨ ਦਿੱਤੇ ਗਏ, ਜਿਹਦੇ ਚੱਲਦੇ ਪੀੜਿਤ ਵਿਅਕਤੀ ਵੱਲੋਂ ਮੋਟਰਸਾਈਕਲ ਸਵਾਰ ਖਿਲਾਫ਼ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ਼ ਦੀ ਮੰਗ ਕੀਤੀ। ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵੱਲ। ਇਸ ਦੇ ਨਾਲ ਹੀ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਹੁੰਦਾ ਹੈ। ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ, ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ।